ਕੈਨੇਡਾ ਜਿਹਾ ਪੈਂਦਾ। ਅੱਛਾ ਜੀ, ਜੇ ਮੈਨੂੰ ਵੀ ਚੁੱਪਦਾ ਖਰਾ, ਤੈਨੂੰ ਨਹੀਂ ਛੱਡਿਆ। ਸੁਆਮੀ ਜੀ ਦਾ ਪੜੋ ਬਾਣੀ ਸੁਆਮੀ ਜੀ ਮਹਾਰਾਜ ਸ਼ਬਦ 17 ਲੈਟ ਮਾਰਨੀ। ਨਾ ਸਾਧਨ ਅਧਿਕਾਰ ਨਾ ਪਰਖੇ, ਪੜਨੇ ਕਾ ਕਰਤੇ ਅਭਿਮਾਨ। ਨਾ ਸਾਧਨ ਅਧਿਕਾਰ ਨਾ ਪਰਖੇ, ਪੜ੍ਹਨੇ ਕਾ ਕਰਤੇ ਅਭਿਮਾਨ। ਇਹ ਬਾਣੀ ਸੁਆਮੀ ਜੀ ਮਹਾਰਾਜ ਦੀ ਹੈ। ਹਜ਼ੂਰ ਸੁਆਮੀ ਜੀ ਮਹਾਰਾਜ ਬੜੇ ਪਿਆਰ ਨਾਲ ਫਰਮਾ ਰਹੇ ਹੈ ਕਿ ਅਸੀਂ ਪੜ੍ਹਦੇ ਗੁਣਦੇ ਸਭ ਕੁਛ ਹਾਂ, ਲੇਕਿਨ ਇਹਦੇ ਸਾਧਨ ਦਾ ਸਾਨੂੰ ਪਤਾ ਨਹੀਂ ਕਿ ਕੀ ਇਹਦੇ ਅਧਿਕਾਰ ਨੇ ਔਰ ਕੀ ਕਰਨਾ ਚਾਹੀਦਾ ਹੈ। ਅਸੀਂ ਗੀਤਾ ਵੀ ਪੜ੍ਹਦੇ ਹਾਂ, ਵੇਦ ਵੀ ਪੜ੍ਹਦੇ ਹਾਂ, ਹੋਰ ਵੀ ਬਾਣੀਆਂ ਪੜ੍ਹਦੇ ਹਾਂ, ਲੇਕਿਨ ਇਹ ਨਹੀਂ ਪਤਾ ਵੀ ਅਸੀਂ ਕਰਨਾ ਕੀ ਹੈ। ਸਿਰਫ ਪੜ੍ਹਨ ਪੜ੍ਹਾਉਣ ਵਿੱਚ ਹੀ ਅਸੀਂ ਰੁੱਝ ਰਹੇ, ਜਿਹੜਾ ਅਸਲੀ ਤੱਤ ਸੀ ਉਹ ਨਹੀਂ ਸਮਝਿਆ। ਇੱਕ ਫਕੀਰ ਨੇ ਲਿਖਿਆ, ਗੱਲ ਸਮਝੀ ਨਾ ਮੂਲ ਮਰੋੜ ਵਾਲੀ, ਪਾਇਆ ਪੜ੍ਹਨ ਪੜ੍ਹਾਉਣ 'ਤੇ ਜ਼ੋਰ ਯਾਰਾ। ਉਹ ਜਿਹੜੀ ਅਸਲੀ ਗੱਲ ਸੀ ਉਹ ਸਮਝੀ ਨਹੀਂ ਕਿ ਕੀ ਕਰਨਾ ਚਾਹੀਦਾ ਹੈ, ਔਰ ਪੜ੍ਹਨ ਪੜ੍ਹਾਉਣ 'ਤੇ ਜ਼ੋਰ ਪਾ ਲਿਆ ਅਤੇ ਮਾਣ ਆਪਣੇ ਅੰਦਰ ਪੈਦਾ ਕਰ ਲਿਆ ਕਿ ਅਸੀਂ ਬੜੇ ਆਲਮ ਫਾਜ਼ਲ ਹਾਂ, ਅਸੀਂ ਸਭ ਕੁਝ ਜਾਣਦੇ ਹਾਂ। ਜੋ ਕੁਛ ਜਾਣਨਾ ਸੀ ਉਹ ਜਾਣਿਆ ਨਹੀਂ। ਹਾਂਜੀ, ਨਾ ਸਾਧਨ ਅਧਿਕਾਰ ਨਾ ਪਰਖੇ, ਪੜ੍ਹਨੇ ਕਾ ਕਰਤੇ ਅਭਿਮਾਨ। ਇਸ ਯੁਗ ਕੀ ਵਿਦਿਆ ਨਹੀਂ ਪੜ੍ਹਤੇ, ਤਾਤੇ ਉਲਟੇ ਗਿਰੇ ਨਦਾਨ। ਸੁਆਮੀ ਜੀ ਮਹਾਰਾਜ ਬੜੇ ਪਿਆਰ ਨਾਲ ਫਰਮਾ ਰਹੇ ਹੈ ਕਿ ਇਸ ਯੁੱਗ ਦੀ ਵਿੱਦਿਆ ਨਹੀਂ ਪੜ੍ਹਦੇ। ਜੇ ਅਸੀਂ ਪੜ੍ਹ ਵੀ ਰਹੇ ਹਾਂ ਤਾਂ ਪੁਰਾਤਨ ਵਿੱਦਿਆ ਪੜ੍ਹ ਰਹੇ ਹਾਂ ਪੁਰਾਣੇ ਯੁੱਗਾਂ ਦੀ, ਉਹ ਸਾਨੂੰ ਕੰਮ ਨਹੀਂ ਦੇ ਸਕਦੀ। ਸਾਨੂੰ ਇਸ ਯੁੱਗ ਦੀ ਵਿੱਦਿਆ ਪੜ੍ਹਨੀ ਚਾਹੀਦੀ ਹੈ ਕਿ ਇਸ ਯੁੱਗ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ। ਸੰਤ ਮਹਾਂਪੁਰਖ ਦੁਨੀਆ 'ਤੇ ਆਏ ਹੈ ਜਿਨ੍ਹਾਂ ਨੇ ਤਿੰਨ ਕੰਮ ਪ੍ਰਧਾਨ ਇਸ ਯੁੱਗ ਦੇ ਵਿੱਚ ਰੱਖੇ। ਇਹਦੇ ਨਾਲ ਸਾਡੀ ਮੁਕਤੀ ਹੋ ਸਕਦੀ ਹੈ, ਸਤਿਗੁਰ ਸੇਵਾ ਨਾਮ ਔਰ ਸਤਸੰਗ ਦੀ ਸੇਵਾ। ਸਤਸੰਗ ਇਹ ਪ੍ਰਧਾਨ ਰੱਖੇ ਹੈ। ਕੱਲ੍ਹ ਵੀ ਦੱਸਿਆ ਸੀ ਕਿ ਸੇਵਾ ਜਿਹੜੀ ਹੈ ਅਸੀਂ ਕਿਸੇ ਥਾਂ ਤੋਂ ਵੀ ਇਹਦਾ ਸਬਕ ਲੈ ਸਕਦੇ ਹਾਂ। ਕੋਈ ਵੀ ਕਿਸੇ ਚੀਜ਼ ਦੀ ਸੇਵਾ ਕਰਦਾ ਹੈ, ਕੋਈ ਪਸ਼ੂ ਦੀ ਸੇਵਾ ਕਰਦਾ ਉਹਦੇ ਪਾਸੋਂ ਫਾਇਦਾ ਲੈਂਦਾ ਹੈ, ਜੇ ਕਿਸੇ ਦਰਖਤ ਦੀ ਸੇਵਾ ਕਰਦਾ ਉਹਦੇ ਪਾਸੋਂ ਵੀ ਫਾਇਦਾ ਲੈਂਦਾ ਹੈ। ਜੇ ਅਸੀਂ ਜ਼ਮੀਨ ਦੀ ਸੇਵਾ ਕਰਦੇ ਹਾਂ ਤਾਂ ਜ਼ਮੀਨ ਪਾਸੋਂ ਸਾਨੂੰ ਫਾਇਦਾ ਮਿਲਦਾ ਹੈ। ਸੇਵਾ ਇੱਕ ਐਸੀ ਚੀਜ਼ ਹੈ ਕਿ ਜਿਹਦੇ ਨਾਲ ਸਾਡਾ ਮਨ ਪੱਧਰਾ ਹੁੰਦਾ ਹੈ, ਸਾਫ਼ ਹੁੰਦਾ ਹੈ, ਹੰਕਾਰ 'ਤੇ ਮਾਣ ਜਾਂਦਾ ਹੈ। ਮਹਾਰਾਜ ਤੀਸਰੀ ਪਾਤਸ਼ਾਹੀ ਸੇਵਾ ਕੀਤੀ, ਉਹਨਾਂ ਕੋਈ ਹੰਕਾਰ ਨਹੀਂ ਕੀਤਾ,
ਕੁੜਮ ਕੁੜਮ ਦਾ ਪਾਣੀ ਢੋਵੇ ਕਿਤਨਾ ਔਖਾ ਹੈਗਾ। ਹੋਰ ਵੀ ਜਿਹਨਾਂ ਸੰਤਾਂ ਨੇ ਕੀਤੀ ਹੈ, ਗੁਰਮੁਖਾਂ ਨੇ ਸਾਰਿਆਂ ਦੇ ਇਤਿਹਾਸ ਲਿਖਿਆ। ਸਤਿਗੁਰ ਕਾ ਕੋਈ ਸਿੱਖ ਉਖਾਵੇ ਭਲਕੇ ਉੱਠ ਹਰ ਨਾਮ ਤੇ ਆਏ। ਭਾਈ ਜੇ ਤੂੰ ਸਿੱਖ ਬਣਨਾ ਹੈ ਤਾਂ ਉੱਠ ਸੁਬਹ ਉੱਠ ਕੇ ਨਾਮ ਜਪ, ਸੇਵਾ ਕਰੇਗਾ, ਇਹਦਾ ਮਨ ਸਾਫ ਹੋਏਗਾ, ਇਹਦਾ ਮਨ ਭਜਨ 'ਤੇ ਵੀ ਲੱਗੇਗਾ, ਉੱਧਰ ਵੀ ਇਹਦਾ ਧਿਆਨ ਹੋਏਗਾ। ਮਨ ਮੈਲੇ ਭਗਤ ਨਾ ਹੋਵੇ, ਸ਼ਬਦਾਂ ਨਾਲ ਲੱਗੇ ਪਿਆਰ। ਜਦੋਂ ਸਾਡਾ ਮਨ ਮੈਲਾ ਹੋ ਜਾਂਦਾ ਹੈ ਫਿਰ ਸਾਡੇ ਪਾਸੋਂ ਭਗਤੀ ਨਹੀਂ ਹੁੰਦੀ, ਸਾਡਾ ਉੱਧਰ ਧਿਆਨ ਹੀ ਨਹੀਂ ਜਾਂਦਾ, ਉਸ ਪਾਸੇ ਅਸੀਂ ਜਾਂਦੇ ਹੀ ਨਹੀਂ, ਅਸੀਂ ਰਸਤਾ ਹੀ ਹੋਰ ਅਖਤਿਆਰ ਕਰ ਲੈਂਦੇ। ਹਾਂਜੀ, ਇਸ ਯੁੱਗ ਕੀ ਵਿਦਿਆ ਨਹੀਂ ਪੜ੍ਹਤੇ ਤਾਤੇ ਉਲਟੇ ਗਿਰੇ ਨਦਾਨ, ਦੀਨ ਗਰੀਬੀ ਮਤ ਇਸ ਯੁੱਗ ਕਾ, ਔਰ ਗੁਰ ਭਗਤੀ ਕਰ ਪਰਮਾਨ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਇਸ ਯੁੱਗ ਦਾ ਮਤ ਕੀ ਹੈ ਅਤੇ ਕੀ ਕਰਨਾ ਚਾਹੀਦਾ ਹੈ। ਦੀਨ ਗਰੀਬੀ, ਦੀਨਤਾ ਔਰ ਗਰੀਬੀ ਦੀ ਜ਼ਰੂਰਤ ਹੈ। ਗਰੀਬੀ ਉਸ ਨੂੰ ਨਹੀਂ ਕਿਹਾ ਜਾਂਦਾ ਜਿਹਨੂੰ ਰੋਟੀ ਖਾਣ ਨੂੰ ਨਹੀਂ, ਉਹ ਗਰੀਬ ਹੈ ਨਹੀਂ। ਉਹਦਾ ਕੰਮ ਦੇਖੋ, ਕੰਮ ਦੇਖੋ, ਕੰਮ ਕੀ ਕਰਦਾ ਹੈ, ਕਿਆ ਗਰੀਬ ਵਾਲਾ ਕੰਮ ਹੈ। ਪੀਲਣੀ ਬਹੁਤ ਗਰੀਬ ਸੀ ਲੇਕਿਨ ਉਹਦਾ ਕੰਮ ਬੜਾ ਸ੍ਰੇਸ਼ਟ ਸੀ, ਕੰਮ ਸਾਰੇ ਰਿਸ਼ੀਆਂ ਮੁਨੀਆਂ ਕੋਲੋਂ ਵੀ ਉੱਪਰ ਸੀ। ਬੇਸ਼ੱਕ ਭਾਵੇਂ ਕੱਖਾਂ ਦੀ ਝੌਂਪੜੀ ਸੀ ਔਰ ਖਾਣ ਪੀਣ ਨੂੰ ਵੀ ਕੋਈ ਨਹੀਂ ਸੀ ਇਤਨਾ, ਪਰ ਭਗਵਾਨ ਜਾ ਕੇ ਉਸੇ ਕੱਖਾਂ ਦੀ ਝੌਂਪੜੀ 'ਚ ਬੈਠੇ ਸਨ ਅਤੇ ਉਸੇ ਨੂੰ ਮਾਣ ਦਿੱਤਾ, ਬਾਕੀ ਰਿਸ਼ੀ ਮੁਨੀ ਸਾਰੇ ਰਹਿ ਗਏ ਸਨ। ਗਰੀਬੀ ਇਸ ਦੇ ਅੰਦਰ ਚਾਹੀਦੀ ਹੈ, ਅੰਦਰ ਪਿਆਰ ਚਾਹੀਦਾ, ਮੁਹੱਬਤ ਚਾਹੀਦੀ ਹੈ। ਜਿਹਦੇ ਅੰਦਰ ਪਿਆਰ ਨਹੀਂ ਤਾਂ ਕੁਛ ਵੀ ਨਹੀਂ। ਕੌਣ ਬੜਾ ਮਾਇਆ ਵਡਿਆਈ, ਬਾਣੀ 'ਚ ਗੁਰੂ ਸਾਹਿਬ ਜੀ ਫਰਮਾਉਂਦੇ ਹੈ, ਕੌਣ ਬੜਾ ਮਾਇਆ ਵਡਿਆਈ, ਕਹਿੰਦੇ ਨਹੀਂ, ਸੋ ਬੜਾ ਜਿਸ ਹਰ ਲੈਵਲ ਆਏ। ਚਾਹੇ ਉਹ ਇਸਤਰੀ ਹੈ, ਚਾਹੇ ਪੁਰਸ਼ ਹੈ, ਚਾਹੇ ਬੜਾ ਹੈ, ਚਾਹੇ ਛੋਟਾ ਹੈ, ਜਿਸ ਨੇ ਪਰਮਾਤਮਾ ਦੀ ਭਗਤੀ ਕੀਤੀ ਹੈ, ਪਰਮਾਤਮਾ ਨਾਲ ਲਿਵ ਲਾਈ ਹੈ, ਉਹ ਬੜਾ ਹੈ। ਬਾਣੀ 'ਚ ਗੁਰੂ ਸਾਹਿਬ ਜੀ ਫਰਮਾਉਂਦੇ ਆ, ਕੱਖਾਂ ਕੀ ਚੌਂਪੜੀ ਭਲੀ ਜਾਂ ਹਰ ਗੁਣਮੈ ਗਾਏ, ਆਗ ਲੱਗੇ ਬਹੁ ਤੌਲ ਨੇ ਜਾਂ ਹਰ ਵਸਰਾਏ। ਕੀ ਕਰਨਾ ਚਵਾਰਿਆਂ ਨੂੰ, ਕੱਖਾਂ ਦੀ ਚੌਂਪੜੀ ਸੰਤਾਂ ਨੇ ਕਿਹਾ ਉਹ ਚੰਗੀ ਹੈ ਜਿੱਥੇ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ। ਫਿਰ ਗੁਰੂ ਸਾਹਿਬ ਜੀ ਨਿਰਣਾ ਕਰਦੇ ਹੈ, ਪਰਿਵਾਰ ਦਾ ਵੀ ਨਿਰਣਾ ਕੀਤਾ ਹੈ, ਨਾਮ ਜਪਤ ਕੰਨਿਆ ਭਲੀ ਸਾਕਤ ਭਲਾ ਨਾ ਪੂਤ, ਜਿਉਂ ਸ਼ੇਰੀ ਗੱਲ ਮੇਮਣੇ ਨਾ ਦੁੱਧ ਨਾ ਮੂਤ। ਕੋਈ ਬੱਕਰੀਆਂ ਹੁੰਦੀਆਂ ਨੇ, ਉਹਨਾਂ ਦੇ ਗਲ ਦੇ ਥੱਲੇ ਥਣ ਹੁੰਦੇ ਹੈ, ਉਹਦੇ ਵਿੱਚ ਕੁਛ ਨਹੀਂ ਹੁੰਦਾ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਫਰਮਾਉਂਦੇ ਹੈ ਕਿ ਨਾਮ ਜਪਦੀ ਹੋਵੇ ਕੰਨਿਆ ਹੋਵੇ ਭਾਵੇਂ, ਸਾਕਤ ਉੱਤਰ ਹੈ ਤਾਂ ਕਿਸੇ ਕੰਮ ਨਹੀਂ ਆ, ਕੋਈ ਫਾਇਦਾ ਨਹੀਂ ਉਸਦਾ। ਸੰਤ ਤਾਂ ਨਾਮ ਦਾ ਹੀ ਕਦਰ ਕਰਦੇ ਹੈ, ਕੋਈ ਵੀ ਨਾਮ ਜਪਦਾ ਹੈ, ਇਸਤਰੀ ਹੈ, ਪੁਰਸ਼ ਹੈ, ਅਮੀਰ ਹੈ, ਗਰੀਬ ਹੈ, ਉਹ ਤਾਂ ਨਾਮ ਜਪਣ ਦਾ ਹੀ ਕਦਰ ਕਰਦੇ ਹੈ, ਉਹਦੀ ਸ਼ੋਭਾ ਕਰਦੇ ਹੈ, ਚਾਹੇ ਕੋਈ ਵੀ ਹੋਵੇ, ਉਹ ਲਿਹਾਜ਼ ਨਹੀਂ ਕਰਦੇ। ਹਾਂਜੀ, ਦੀਨ ਗਰੀਬੀ ਮਤ ਇਸ ਯੁੱਗ ਕਾ,
और गुर भगति कर परमान ताते निर्मल निश्चल चित होए गगन चढ़ाओ शब्द निशान। गुरु साहब जी बड़े प्यार दे नाल फरमा रहे हैं ता तुसी निर्मल होवोगे साफ होवोगे फिर तुहाडा ध्यान अंदर लगेगा फिर तुहाडा ध्यान उपर नू जाएगा। पर जद तक असी अपने दिल दे विच दीनता गरीबी नहीं धारदे ते बंदगी नहीं करदे साडा ध्यान अगे जांदा नहीं। साडे ध्यान नू अगे ठोकरां वजदियां ने असी अगे ध्यान लैंदे हां उपरों ऐसा दबाव पैंदा फिर असी थल्ले आ जांदे हां। क्यों आउंदे हां कि साडे च कसर है साडा ध्यान साफ नहीं थल्ले साडियां ख्वाहिशां जिहड़ियां ने उह सानूं खिंचदियां ने उह खिंच के थल्ले लै आउंदियां ने। हाँ जी ताते निर्मल निश्चल चित होए गगन चढ़ाओ शब्द निशान सुरत शब्द मार्ग अंतर मुख पांच शब्द का गो ठिकान। स्वामी जी महाराज बड़े तरीके नाल समझा रहे हैं कि सुरत और शब्द सुरत भी तेरे अंदर है शब्द भी तेरे अंदर है। असी कोशिश की करनी है कि अपनी सुरत नो शब्द नाल जोड़ना। ये एक दिन का मसला नहीं रोज़ 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 ही असी करना हर वक्त ही असी कोशिश करनी है। एक दिन जरूर साड़ी सुरत शब्द नाल मिल जाएगी और पांच साढ़े दुश्मन अंदर शब्द जड़े जिन्होंने साढ़े मन माया काम क्रोध मोलो अहंकार ये सारे काबू आ जाएंगे। वो पांच शब्द जिहड़े संत दसदे है पांच शब्दों के नाल ही असी इन्हां नूं काबू करना है। इस तरह नहीं काबू होंदे किसी दान पुण नाल ही हो सकते किसी होर तपस्या नाल नहीं हो सकते योग अभ्यास नाल नहीं हो सकते। पांच शब्द जिहड़े गुरु साहब जी फरमाउंदे है उन्हां शब्दों के नाल असी इन्हां नूं काबू करना है। और सारे संत महापुरख जिन्हें ने भी काम किया है उन्होंने शब्द की कमाई की अपनी सुरत को शब्द नाल जोड़िया है वो शब्द सचखंड देश चों आ रहा और सचखंड जा रहा वो 24 घंटे अंदर आ रहा है। असी सौ जाते वो नहीं सौंदा वो चलता रहता है उन्हों ना कोई बंद करता है तो ना बंद होता है। बाकी दे राग रंग असी आप गाते हैं आप बजाते हैं आप ही बंद कर देने हैं वो नहीं बंद होता। फकीर उसनों सुन दे उदे नाल प्यार कर दे। हाँ जी सुरत शब्द मार्ग अंतर मुख पांच शब्द का गो ठिकान शब्द शब्द पौड़ी पे चढ़ कर पहुँचो सच खंड सतनाम। हर मजल दा शब्द दस्या है हर मजल की निशानी अलग अलग दसी है गुरु साहब ने। इस तरह पौड़ियाँ पौड़ियाँ चढ़ते असी चबारियाँ ते पहुँच जाते हैं। जे कहो कि छाल मार के कोई चबारियाँ ते जा सकता तो नहीं जा सकता पौड़ियाँ पौड़ियाँ नाल ही असी जा सकते हैं। नंबरवार असी पहली मजल तो तुर के
ਆਖਰੀ ਮੰਜ਼ਲ ਤੱਕ ਅਸੀਂ ਸੱਚਖੰਡ ਤੱਕ ਜਾ ਸਕਦੇ ਹਾਂ। ਪਰ ਜਿਸ ਤਰੀਕੇ ਨਾਲ ਗੁਰੂ ਸਾਹਿਬ ਜੀ ਦੱਸ ਰਹੇ ਹੈ ਉਹ ਤਰੀਕੇ ਨਾਲ। ਹਾਂਜੀ, ਸ਼ਬਦ ਸ਼ਬਦ ਪੌੜੀ ਪੈ ਚੜਕਾਰ ਪਹੁੰਚੋ ਸੱਚ ਖੰਡ ਸਤਨਾਮ ਤਾਤੇ ਪਹਿਲੇ ਗੁਰੂ ਕੋ ਧਿਆਓ ਔਰ ਕਾਮ ਸਭ ਪੀਛੇ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਸਭ ਤੋਂ ਪਹਿਲਾਂ ਤੂੰ ਸਤਿਗੁਰ ਨਾਲ ਪਿਆਰ ਕਰ, ਹੋਰ ਕੰਮ ਪਿੱਛੂ ਕਰ, ਕਿਉਂਕਿ ਜਿੱਥੋਂ ਇਹ ਗੱਲ ਚੱਲਣੀ ਹੈ, ਜਿਸ ਨੇ ਤੈਨੂੰ ਮਦਦ ਦੇਣੀ ਹੈ, ਜਿਹਦੇ ਸਹਾਰੇ ਨਾਲ ਤੂੰ ਅੱਗੇ ਜਾ ਸਕਦਾ ਹੈ। ਜਦ ਤੂੰ ਉਹ ਸਹਾਰਾ ਹੀ ਨਹੀਂ ਰੱਖੇਗਾ, ਉਹਦੀ ਸਪੋਰਟ ਨਾ ਰੱਖੇਗਾ, ਅੱਗੇ ਕਿੱਦਾਂ ਜਾਏਗੇ। ਸਾਰਿਆਂ ਸੰਤਾਂ ਮਹਾਂਪੁਰਖਾਂ ਨੇ ਕਈ ਵਾਰ ਦੱਸਿਆ ਕਿ ਸਹਿਜੋ ਬਾਈ ਨੇ ਲਾ ਤੜਕ ਬਾਣੀ ਦੇ ਵਿੱਚ ਲਿਖਿਆ ਹੈ ਕਿ ਮੈਂ ਰਾਮ ਨੂੰ ਨਹੀਂ ਕੁਛ ਵੀ ਸਮਝਦੀ, ਰਾਮ ਰੁੱਸੇ ਜਾਏ ਤਾਂ ਬੇਸ਼ੱਕ ਰੁੱਸ ਜਾਏ, ਮੇਰਾ ਸਤਿਗੁਰ ਨਾ ਰੁੱਸੇ। ਜਿਹਦੇ ਪਾਸੋਂ ਮੈਨੂੰ ਇਹ ਤਾਕਤ ਮਿਲੀ ਹੈ, ਮਹਾਰਾਜ ਪੰਜਵੀਂ ਪਾਤਸ਼ਾਹੀ ਵੀ ਆਪਣੇ ਸਤਿਗੁਰ ਦਾ ਰੁਤਬਾ ਜਿਹੜਾ ਹੈ ਉਹ ਪਰਮੇਸ਼ੁਰ ਦਾ ਦਿੱਤਾ ਹੈ, ਗੁਰ ਪਰਮੇਸ਼ੁਰ ਜਾਣੀ ਹੈ, ਮਨ ਤਨ ਲਾਏ ਪਿਆਰ ਪਰਮੇਸ਼ੁਰ ਕਰਕੇ ਮਹਾਰਾਜ ਪੰਜਵੀਂ ਪਾਤਸ਼ਾਹੀ ਕਿਹਾ, ਕਿਉਂਕਿ ਜਿਹਦੇ ਸਹਾਰੇ ਨਾਲ ਅਸੀਂ ਚੱਲਣਾ ਹੈ, ਜਿਸ ਨੇ ਸਾਨੂੰ ਮਦਦ ਦੇਣੀ ਹੈ, ਅਗਰ ਅਸੀਂ ਉਹਦੇ ਨਾਲ ਪਿਆਰ ਨਾ ਕਰਾਂਗੇ ਤਾਂ ਅਸੀਂ ਤੁਰਾਂਗੇ ਕਿੱਦਾਂ। ਰਾਹ ਵਿੱਚ ਬੜੀਆਂ ਔਕੜਾਂ ਨੇ, ਹਜ਼ੂਰ ਜਿਨ੍ਹਾਂ ਦਾ ਦਰਬਾਰ ਹੈ, ਜਦੋਂ ਉਹਨਾਂ ਦੀ ਤਿੰਨ ਦਿਨ ਅਤੇ ਤਿੰਨ ਰਾਤਾਂ ਸਮਾਧੀ ਲੱਗੀ ਰਹੀ, ਉਹਦੇ ਬਾਹਰ ਫਿਰ ਉਹਨਾਂ ਜਿਹੜੇ ਨੁਕਸ ਆਖਰ ਮਿੱਟੀ ਸਰੀਰ ਅਤੇ ਮਿੱਟੀ ਦਾ ਖਾਣ ਪੀਣ ਵਿੱਚ ਜਿਹੜੇ ਨੁਕਸ ਪਏ, ਫਿਰ ਮੁਰਸ਼ਦ ਨੂੰ ਦੱਸਿਆ ਕਿ ਆਹ ਨੁਕਸ ਪੈਂਦਾ ਹੈ, ਮੁਰਸ਼ਦ ਨੇ ਫਿਰ ਇਲਾਜ ਕੀਤਾ, ਮੁਰਸ਼ਦ ਨੇ ਫਿਰ ਤਰੀਕੇ ਦੱਸੇ, ਕਹਿਣ ਲੱਗੇ ਘਿਓ ਕਿੰਨਾ ਖਾਂਦੇ ਹੋ, ਕਹਿਣ ਲੱਗੇ ਮੈਂ ਤਾਂ ਛੜਾਕੀ ਕਿਤੇ ਮਹੀਨੇ ਦਾ ਖਾਂਦਾ ਹੀ ਨਹੀਂ, ਕਹਿੰਦਾ ਤਿੰਨ ਛੜਾਕੀਆਂ ਹੁਣ ਰੋਜ਼ ਦਾ ਖਾਣਾ ਪੈਣਾ ਤੈਨੂੰ, ਹੁਣ ਤਿੰਨ ਛੜਾਕੀਆਂ ਰੋਜ਼ ਦਾ ਖਾਣਾ ਪੈਣਾ ਹੈ, ਕਿਉਂਕਿ ਜਿਹੜੀ ਮਸ਼ੀਨਰੀ ਚੱਲਦੀ ਹੈ, ਮਸ਼ੀਨਰੀ ਦੇ ਚੱਲਣ ਦੇ ਹਿਸਾਬ ਨਾਲ ਹੀ, ਜਿਸ ਤਰ੍ਹਾਂ ਆਪਣੀਆਂ ਅਸੀਂ ਗੱਡੀਆਂ 'ਚ ਤੇਲ ਮਸ਼ੀਨਰੀ ਦੇ ਹਿਸਾਬ ਨਾਲ ਹੀ ਜਿੰਨੀ ਚੱਲਦੀ ਇੰਨਾ ਹੀ ਤੇਲ ਬਲਦਾ ਨਾ, ਜਿਹੜੀ ਅੰਦਰ ਮਸ਼ੀਨਰੀ ਚੱਲਣੀ ਹੈ ਉਹਨੂੰ ਤੇਲ ਤਾਮਾ ਚਾਹੀਦਾ। ਪਰ ਜੇ ਮੁਰਸ਼ਦ ਨੂੰ ਪਤਾ ਨਾ ਹੋਵੇ, ਜਿਸ ਮੁਰਸ਼ਦ ਨੂੰ ਪਤਾ ਹੀ ਨਹੀਂ ਉਹਨੇ ਦੱਸਣਾ ਕੀ ਹੈ ਅਤੇ ਉਹਨੂੰ ਪੁੱਛਣਾ ਵੀ ਕੀ ਹੈ। ਅਤੇ ਹੋਰ ਕਈ ਗੁਣ ਦੱਸੇ, ਸਿਰਫ ਭਜਨ ਹੀ ਨਹੀਂ ਹੈ, ਭਜਨ ਦੇ ਨਾਲ ਨਾਲ ਕਈ ਸਾਧਨ ਹੋਰ ਵੀ ਹੈਗੇ। ਹਾਂਜੀ, ਤਾਂ ਤੇ ਪਹਿਲੇ ਗੁਰੂ ਕੋ ਧਿਆਓ ਔਰ ਕਾਮ ਸਭ ਪੀਛੇ ਜਾਣ ਗੁਰ ਕੀ ਮੂਰਤ ਹਿਰਦੇ ਵਸਾਓ ਚੰਦਰ ਚਕੋਰ ਪ੍ਰੀਤ ਘਟਿਆਨ। ਸਵਾਮੀ ਜੀ ਮਹਾਰਾਜ ਪ੍ਰੀਤ ਦੱਸ ਰਿਹਾ ਕਿ ਕਿਸ ਤਰ੍ਹਾਂ ਦੀ ਤੇਰੀ ਪ੍ਰੀਤ ਹੋਣੀ ਚਾਹੀਦੀ ਹੈ। ਚਕੋਰ ਜਦੋਂ ਚੰਦਰਮਾ ਚੜ੍ਹਦਾ ਹੈ ਤਾਂ ਉਹਨੂੰ ਦੇਖਣਾ ਸ਼ੁਰੂ ਕਰ ਦਿੰਦਾ, ਇਤਨਾ ਪਿਆਰ ਉਹਦੇ ਨਾਲ ਕਰਦਾ ਹੈ ਕਿ ਉਹਦੀ ਪੂਛ ਜਿਹੜੀ ਹੈ ਧੌਣ ਪੂਛ ਦੇ ਨਾਲ ਮਿਲ ਜਾਂਦੀ ਹੈ, ਲੇਕਿਨ ਉਹ ਫਿਰਕਦਾ ਨਹੀਂ, ਅੱਗੇ ਪਿੱਛੇ ਨਹੀਂ ਹੁੰਦਾ। ਜਿਉਂ ਜਿਉਂ ਚੰਦਰਮਾ ਚੱਲ ਜਾਂਦਾ ਹੈ ਤਿਉਂ ਤਿਉਂ ਉਹ ਵੀ ਉਹਦਾ ਵੀ ਤਾਂ
ਜਿਹੜਾ ਸਰੀਰ ਹੈ ਲਿਫਦਾ ਜਾਂਦਾ ਉਹ ਕਿਉਂ ਨਹੀਂ ਕਰਦਾ, ਬਸਾ ਨਹੀਂ ਕਰਦਾ ਕਿ ਕਿਤੇ ਮੇਰੇ ਤੋਂ ਛੁੱਪ ਨਾ ਜਾਏ। ਇਸੇ ਤਰ੍ਹਾਂ ਇਸ਼ਾਰਾ ਦੇ ਰਿਹਾ ਗੁਰੂ ਸਾਹਿਬ ਜੀ ਕਿ ਤੇਰਾ ਵੀ ਪੂਰਾ ਧਿਆਨ ਹੋਣਾ ਚਾਹੀਦਾ ਚੰਦਰਮੇ ਔਰ ਚਕੋਰ ਵੱਲ, ਇਸ ਤਰ੍ਹਾਂ ਦਾ ਤੇਰਾ ਵੀ ਧਿਆਨ ਹੋਣਾ ਚਾਹੀਦਾ। ਹਾਂਜੀ, ਗੁਰ ਕੀ ਮੂਰਤ ਹਿਰਦੇ ਬਸਾਓ, ਚੰਦਰ ਚਕੋਰ ਪ੍ਰੀਤ ਘਟਿਆਨ, ਜਬ ਲੱਗ ਐਸੀ ਪ੍ਰੀਤ ਨਾ ਹੋਵੇ, ਤਬ ਲੱਗ ਸਾਧਨ ਯਹੀ ਬਖਾਨ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਜਬ ਲੱਗ ਐਸੀ ਪ੍ਰੀਤੀ ਨਹੀਂ ਹੁੰਦੀ ਤੋ ਇਹ ਸਾਧਨ ਤੂੰ ਕਰੀ ਜਾ, ਇਹਦੇ ਵਿੱਚੋਂ ਹੀ ਪ੍ਰੀਤ ਵੀ ਸਾਡੀ ਵਧਣੀ ਹੈ। ਜਿਉਂ ਜਿਉਂ ਅਸੀਂ ਭਜਨ ਕਰਾਂਗੇ ਸਾਡਾ ਪਿਆਰ ਵਧੇਗਾ, ਜਿਉਂ ਜਿਉਂ ਅਸੀਂ ਉੱਧਰ ਧਿਆਨ ਦੇਵਾਂਗੇ ਆਸਤੇ ਆਸਤੇ ਸਾਡਾ ਧਿਆਨ ਵੀ ਮਜ਼ਬੂਤ ਹੋਏਗਾ। ਪਰ ਜੇ ਅਸੀਂ ਇੱਕ ਦਿਨ ਧਿਆਨ ਕੀਤਾ ਅਤੇ ਮਹੀਨਾ ਛੁੱਟੀਆਂ ਕਰ ਲਈਆਂ ਫਿਰ ਨਹੀਂ ਆਉਂਦਾ, ਚਲਦੇ ਫਿਰਦੇ ਕੰਮ ਕਾਜ ਕਰਦੇ। ਕਈ ਐਸੇ ਸ਼ਖਸ ਨੂੰ ਕਹਿੰਦੇ ਨੇ ਕਿ ਸਤਿਗੁਰ ਦਾ ਸਰੂਪ ਸਾਹਮਣੇ ਨਹੀਂ ਆਉਂਦਾ, ਕਈਆਂ ਨੂੰ ਦੱਸੀਦਾ ਭਾਈ ਇਹ ਵੀ ਬੜਾ ਤਰੀਕਾ ਸਾਨੂੰ ਹੋਰ ਹੀ ਹਾਸਲ ਕਰਨਾ ਪੈਂਦਾ ਹੈ, ਨਹੀਂ ਸਰੂਪ ਆਉਂਦਾ ਤੁਸੀਂ ਕੋਈ ਉਹਨਾਂ ਦੇ ਚਰਨ ਦੇਖੋ, ਹੱਥ ਦੇਖੋ, ਪੈਰ ਦੇਖੋ, ਤੁਰਦਿਆਂ ਫਿਰਦਿਆਂ ਦੇਖੋ, ਆਪੇ ਫਿਰ ਚਿਹਰਾ ਸਾਹਮਣੇ ਆ ਜਾਓ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਗੁੜ ਦੀ ਰੋੜੀ ਜਿੱਧਰੋਂ ਮਰਜ਼ੀ ਖਾਓ ਮਿੱਠੀ ਮਿੱਠੀ ਹੈ, ਗੁੜ ਦੀ ਰੋੜੀ ਕਿਸੇ ਪਾਸੇ ਵੀ ਮੂੰਹ ਲਾਓਗੇ ਮਿੱਠਾ ਹੀ ਹੈ, ਕਿਸੇ ਪਾਸਿਓਂ ਤੁਸੀਂ ਦੇਖੋ, ਦੇਖਦਿਆਂ 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 ਆਪੇ ਸਾਹਮਣੇ ਆ ਜਾਊਗਾ, ਸਭ ਕੁਛ ਹੋ ਜਾਏਗਾ, ਧਿਆਨ ਪੱਕਾ ਹੋ ਜਾਏਗਾ। ਇਹਦੇ ਵਿੱਚ ਵੀ ਅਸੀਂ ਬਹੁਤ ਸਾਰੇ ਲੋਕ ਰਹਿ ਜਾਂਦੇ ਹਾਂ, ਸਾਨੂੰ ਸਮਝ ਵੀ ਨਹੀਂ ਆਉਂਦੀ ਵੀ ਅਸੀਂ ਕਰਨਾ ਕੀ ਹੈ। ਹਾਂਜੀ, ਜਬ ਲੱਗ ਐਸੀ ਪ੍ਰੀਤ ਨਾ ਹੋਵੇ, ਤਬ ਲੱਗ ਸਾਧਨ ਯਹੀ ਬਖਾਨ, ਗੁਰੂ ਭਗਤੀ ਜਬ ਪੂਰਨ ਹੋਲੇ, ਤਬ ਸੁਰਤ ਚੜੇ ਅਰਧਿਆ ਸਮਾਨ। ਜਦੋਂ ਤੇਰੀ ਗੁਰ ਭਗਤੀ ਪੂਰੀ ਹੋਏਗੀ, ਮੁਕੰਮਲ ਹੋ ਜਾਏਗੀ, ਹੋਰਨ ਤੇਰੀ ਸੁਰਤ ਉੱਪਰ ਚਲਾ ਜਾਏਗੀ। ਜਿਸ ਤਰ੍ਹਾਂ ਸਵਾਮੀ ਜੀ ਬਾਣੀ 'ਚ ਫਰਮਾਇਆ ਹੈ, ਗਿਆਨ ਧਿਆਨ ਤੁਣ ਜਾਣੀਏ ਕਥ ਕਹਾਵੇ, ਸਾਡੇ ਧਿਆਨ ਦੇ ਵਿੱਚ ਬੜਾ ਨੁਕਸ ਹੈ, ਬੜੀ ਕਸਰ ਹੈ। ਜਦੋਂ ਸਾਡਾ ਧਿਆਨ ਪੂਰਾ ਹੋ ਜਾਏਗਾ ਸਾਡੀ ਸੁਰਤ ਫੌਰਨ ਸ਼ਬਦ ਨਾਲ ਜੁੜ ਜਾਏਗੀ, ਉਹ ਸ਼ਬਦ ਉੱਪਰੋਂ ਆ ਰਿਹਾ, ਸਾਡੀ ਸੁਰਤ ਵੀ ਉਹਦੇ ਨਾਲ ਜੁੜ ਜਾਏਗੀ ਔਰ ਉੱਪਰ ਚਲਾ ਜਾਏਗੀ। ਪਰ ਸਾਡੇ ਧਿਆਨ ਵਿੱਚ ਕਸਰ ਹੈ, ਸਾਨੂੰ ਰੋਜ਼ 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 ਜਿਸ ਤਰ੍ਹਾਂ ਪਿੱਛੇ ਚਕੋਰ ਦੀ ਮਿਸਾਲ ਦਿੱਤੀ ਹੈ, ਇਸ ਤਰੀਕੇ ਨਾਲ ਅਸੀਂ ਆਪਣੇ ਖਿਆਲ ਨੂੰ ਬਦਲਦੇ ਰਹਿਣਾ ਹੈ। ਖਿਆਲ ਨੇ ਸਾਡੇ ਨੇ ਫਿਰ ਅੱਗੇ ਪਿੱਛੇ ਜਾਣਾ, ਫਿਰ ਉਹਨੂੰ ਲਿਆਉਣਾ ਟਿਕਾਣੇ 'ਤੇ, ਫਿਰ ਜਾਏਗਾ ਫਿਰ ਲਿਆਉਣਾ, ਫਿਰ ਜਾਏਗਾ ਫਿਰ ਲਿਆਉਣਾ। ਹਜ਼ੂਰ ਬੀਬੀਆਂ ਦੀ ਮਿਸਾਲ ਦਿੰਦੇ ਹੁੰਦੇ ਸੀ ਕਿ ਖੂਹਾਂ ਤੋਂ ਬੀਬੀਆਂ ਪਾਣੀ ਕੱਢਦੀਆਂ ਨੇ, ਮਿੱਟੀ ਦਾ ਘੜਾ ਹੁੰਦਾ ਹੈ, ਪਹਿਲੇ ਦਿਨ ਉਸ ਨੂੰ ਲਾਗੇ ਉਹਦੇ ਸਪੋਰਟ ਦਿੰਦੀਆਂ, ਰੋੜੇ ਰਾੜੇ ਰੱਖ ਕੇ ਘੜਾ ਖੜਾ ਕਰਦੀਆਂ। ਇੱਕ ਜਗ੍ਹਾ ਘੜਾ ਖੜਾ ਕਰਨ ਨਾਲ ਇੱਕ ਦਿਨ ਪੱਥਰ 'ਚ ਟੋਏ ਪੈ ਜਾਂਦੇ, ਹਾਲੇ ਮਿੱਟੀ ਦਾ ਘੜਾ ਅਤੇ ਪੱਥਰ 'ਚ ਟੋਏ ਪੈ ਜਾਂਦੇ ਹੈ। ਅਤੇ ਕਿਹਾ ਜੇ ਤੁਸੀਂ ਰੋਜ਼ ਰੋਜ਼ ਕਰੋਗੇ ਤਾਂ ਤੁਹਾਡਾ ਕੰਮ ਨਹੀਂ ਬਣੇਗਾ, ਇੱਕ ਪੱਥਰ 'ਚ ਟੋਏ ਪੈ ਜਾਂਦੇ ਆ ਮਿੱਟੀ ਦੇ ਘੜੇ ਨਾਲ, ਅਤੇ ਤੁਹਾਡਾ ਖਿਆਲ ਵੀ ਸਭ ਕੁਝ ਕਰਦਾ ਹੈ। ਪਰ ਸਾਡੇ ਵਿੱਚ ਪਾੜੇ ਪੈ ਜਾਂਦੇ ਬਹੁਤ ਸਾਰੇ, ਜਿੱਥੋਂ ਸਾਨੂੰ ਫਰਕ ਪੈ ਜਾਂਦਾ। ਇਸ ਤਰ੍ਹਾਂ ਇੱਕ ਵਾਰ ਜ਼ਮੀਨ ਕੋਈ ਵਾਹਵੇ ਤਾਂ ਫਿਰ ਦੋ ਮਹੀਨੇ ਨਾ ਵਾਹਵੇ ਤਾਂ ਕੱਖ ਕਾਣ ਤਾਂ ਉਹਦੇ 'ਚ ਹੋਣਾ ਹੀ ਹੋਣਾ।
फिर मुड़ के पाएगा, फिर छड़ देगा, फिर कख कान हो जाएगा। ये असी जिस तरह रोज का रोज अपने कारोबार के बौकर फेरते हैं, इस तरह जिहड़ा भजन करना है सुबह और शाम के वक्त, ये असी अपने अंदर बौकर फेरनी है। ये रोज का रोज बौकर फेरनी है, थोड़ा बहुत कर्म जिहड़ा है ये साडा खत्म हो जाएगा शाम दे शाम, सवेर दे सवेर। ते जे इकट्ठा हो जाए माल, गंद इकट्ठा हो जाऊ, फिर उहदे कढ़न दा बड़ा औखा काम है, फिर सौखा नहीं है। तुसी कपड़े की मिसाल ले लो, किसी कपड़े नूं ज़्यादा मैल हो जाएगी, उहदे साफ करन वास्ते ज़्यादा यतन करना पएगा। ते जे थोड़ा थोड़ा यतन उहदा करदे रहो, साफ करदे रहो, तो फिर ज़्यादा करन दी जरूरत नहीं है। हर थां तों असीं सबक लै सकते हैं। संत भी सानूं यही कहिंदे कि रोज़ रोज़ करो, रोज़ रोज़ करो, तां कि तुहानूं वड्डी कोई मुश्किल ना आवे। हाँ जी, गुर भगती जब पूरन हो ले तब सुरत चढ़े अरदय समान। गुर भगती बिन शब्द में पचते सो भी मानुख मूरख जान। भाई जद पहला गुर भगती नहीं करता तो शब्द किदा तेरे अंदर आ जाएगा, शब्द किस तरह प्रकट हो जाएगा। ला खुशियां पातशाहियां जे गुर नजर करे, खिनक हर नाम दे मेरा तन मन शीतल करे। जिस दे जरिए शब्द खुलना है, शब्द सानू आना अंदर, साडा उहदे नाल प्यार ही नहीं होगा, उहदे कहने ते असी चलांगे नहीं तो शब्द किदा आ जाएगा। बाणी सबूत दे रही है, जो गुरु साहब जी बाणी च फरमा रहे ठीक फरमा रहे। हाँ जी, गुर भगती बिना शब्द में पचते सो भी मानुख मूरख जान। शब्द खुलेगा गुरु मेहर से खैचे सुरत गुरु बलवान। स्वामी जी बड़े प्यार दे नाल सानू समझा रहे है कि वो शब्द साढ़े जड़ा अंदर आ रहा है वो सतगुर की मेहर दे नाल खुलेगा। और खैचे सुरत गुरु बलवान, सतगुर बलवान है, वो साड़ी सुरत नूं खिंच के उपर लै जाएगा, पर उन्हां दी मेहर नाल ही वह शब्द जिहड़ा प्रगट होएगा। मेहर उन्हां दी किस तरह होएगी, असीं उन्हां दे कहने मुताबक लगांगे, जो सानूं कम दसण सो असीं कम करांगे, फिर एक दिन उन्हां दी मेहर जरूर हो जाएगी। हाँ जी, शब्द खुलेगा गुरु मेहर से खैचे सुरत गुरु बलवान। गुरमुख ता बिन सुरत ना चढ़ती फूटे गगन ना पावे नाम। गुरु साहब जी बड़े प्यार दे नाल फरमा रहे हैं कि सतगुर की मेहर दे बिना वो साडा बदर कपाड़ जड़ा अंदर जड़ो जड़ जड़िया है वो खुल नहीं सकता, वो टुट नहीं सकता। बाणी जी दस्या है बदर कपाड़ जड़ो जड़ जड़िया गुर शब्दी खुली जी, ज्यों ज्यों शब्द की कमाई जीव करेगा उस तरह तरीके नाल वो जड़े साढ़े अंदर बहुत तख्ते लगे हुए है, बड़े मजबूर लगे है, वो हौली हौली घटना शुरू हो जाएंगे। एक दिन साड़ी सुरत जड़ी दरवाजे खुले हो जाएंगे,
ਸਾਡੀ ਸੁਰਤ ਉੱਪਰ ਚਲਾ ਜਾਏਗਾ। ਬੜੀ ਦੇਰ ਦੀ ਮਿਸਾਲ ਹੈ, ਪੁਰਾਣੇ ਵਕਤ ਦੇ ਵਿੱਚ ਕੋਈ ਖੂਹ ਕੱਢਣ ਲੱਗੇ, ਕੱਢਦੇ ਕੱਢਦੇ ਕਾਫੀ ਦੂਰ ਚਲਾ ਗਏ ਥੱਲੇ, ਪਾਣੀ ਨਾ ਆਵੇ। ਬੰਦੇ ਸਿਆਣੇ ਦੱਸਦੇ ਹੁੰਦੇ ਸੀ ਕਿ ਤੇਸਿਆਂ ਦੇ ਨਾਲ ਮਿੱਟੀ ਪੁੱਟਣ ਲੱਗੇ, ਐਸੀ ਮਿੱਟੀ ਆਈ ਕਿ ਤੇਸਿਆਂ ਨਾਲ ਵੱਢਣ ਲੱਗੇ, ਕਿੰਨੀ ਸਖਤ ਹੋਵੇਗੀ। ਆਖਰ ਉਹ ਸਮਾਨ ਵਿੱਚ ਛੱਡ ਕੇ ਆ ਗਏ ਕਿ ਪਾਣੀ ਇੱਥੇ ਹੈ ਨਹੀਂ, ਪਾਣੀ ਦੀ ਸਤ੍ਹਾ ਤੱਕ ਪਹੁੰਚ ਚੁੱਕੇ ਸੀ। ਕਹਿੰਦੇ ਰਾਤ ਹੀ ਫਟਾ ਉਹ ਪਾਣੀ ਖੂਹ ਦੇ ਉੱਪਰ ਆ ਗਿਆ, ਉੱਪਰੋਂ ਦੀ ਵਗਣਾ ਸ਼ੁਰੂ ਹੋ ਗਿਆ। ਉਹਦੇ ਵਿੱਚ ਗੌਰਮੈਂਟ ਨੇ ਬੜੇ ਬੜੇ ਪੁੜ ਸੁੱਟੇ, ਫਿਰ ਖਰਾਸਾਂ ਦੇ ਪੁੜ ਪਾ ਕੇ ਦੇ ਬੰਦ ਕੀਤਾ, ਉਹਦਾ ਸੁੰਭ ਬਣਿਆ। ਫਿਰ ਇਸੇ ਤਰ੍ਹਾਂ ਭਾਈ ਹੌਲੀ ਹੌਲੀ ਅਸੀਂ ਹੌਂਸਲਾ ਨਾ ਛੱਡੀਏ, ਅਸੀਂ ਹੌਂਸਲਾ ਨਾ ਛੱਡੀਏ। ਪਤਾ ਨਹੀਂ ਅਸੀਂ ਕਿਸੇ ਤੈਅ ਤੱਕ ਪਹੁੰਚ ਜਾਈਏ ਅਤੇ ਹੌਂਸਲਾ ਹੀ ਛੱਡ ਦੇਈਏ, ਨਹੀਂ ਹੌਂਸਲਾ ਨਾ ਛੱਡੀਏ, ਤੁਰੀ ਜਾਈਏ ਤੁਰੀ ਜਾਈਏ, ਕੰਮ ਕਰੀ ਜਾਈਏ। ਪਤਾ ਨਹੀਂ ਅਸੀਂ ਐਂਡ 'ਤੇ ਪਹੁੰਚ ਜਾਣਾ ਕਿ ਸਾਡਾ ਚਲ ਜਲਦੀ ਕੰਮ ਬਣ ਜਾਏਗਾ। ਹਾਂਜੀ, ਗੁਰਮੁਖ ਤਾ ਬਿਨ ਸੁਰਤ ਨਾ ਚੜ੍ਹਤੀ, ਫੂਟੇ ਗਗਨ ਨਾ ਪਾਵੇ ਨਾਮ। ਗੁਰਮੁਖ ਤਾ ਹੈ ਮੂਲ ਸਬਨ ਕੀ, ਔਰ ਸਾਧਨ ਸਭ ਸ਼ਾਖਾ ਜਾਨ। ਜਿਹੜੇ ਸਾਧਨ ਗੁਰਮੁਖ ਦੱਸਦੇ ਹੈ ਉਹ ਸਾਧਨ ਅਸੀਂ ਕਰੀਏ, ਉਹਨਾਂ ਨਾਲ ਸਾਨੂੰ ਫਾਇਦਾ ਹੈ। ਬਾਕੀ ਸਾਧਨ ਜਿਹੜੇ ਹੈ ਸਭ ਚਖਾ ਮਾਰ ਰਹੇ ਹਾਂ ਅਸੀਂ। ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ, ਚਖਾ ਮਾਰਨ ਵਾਲੀ ਬੱਚਿਆਂ ਦੀਆਂ ਖੇਡਾਂ ਨੇ। ਜਿਸ ਤਰ੍ਹਾਂ ਬੱਚੇ ਸਾਰੇ ਦਿਨ ਖੇਡਦੇ ਰਹਿੰਦੇ ਆ ਰਸਤਿਆਂ ਦੇ ਵਿੱਚ, ਕੋਠੇ ਮਿੱਟੀ ਦੇ ਬਣਾਉਂਦੇ ਰਹਿੰਦੇ ਆ, ਸ਼ਾਮ ਨੂੰ ਜੇ ਲਿਆਉਂਦੇ ਇੱਕ ਦੂਜੇ ਦਾ ਢਾਹ ਦਿੰਦਾ, ਦੂਜਾ ਦੂਜੇ ਦਾ ਢਾਹ ਦਿੰਦਾ। ਇਹ ਹਾਲਤ ਸਾਡੀ ਦੁਨੀਆ ਦੇ ਵਿੱਚ ਹੋ ਰਹੀ ਹੈ, ਜੋ ਗੁਰੂ ਸਾਹਿਬ ਜੀ ਫਰਮਾ ਰਹੇ ਠੀਕ ਫਰਮਾ ਰਹੇ। ਹਾਂਜੀ, ਗੁਰਮੁਖ ਤਾ ਹੈ ਮੂਲ ਸਬਨ ਕੀ, ਔਰ ਸਾਧਨ ਸਭ ਸ਼ਾਖਾ ਜਾਨ। ਮਾਤਾ ਕੋ ਜੈਸੇ ਪੁੱਤਰ ਪਿਆਰਾ, ਔਰ ਕਾਮੀ ਕੋ ਕਾਮਨ ਜਾਨ। ਸਵਾਮੀ ਜੀ ਪਿਆਰ ਦੱਸ ਰਹੇ ਹੈ ਕਿ ਦੇਖੋ ਮਾਤਾ ਨੂੰ ਜਿਸ ਤਰ੍ਹਾਂ ਆਪਣੇ ਬੱਚੇ ਨਾਲ ਪਿਆਰ ਹੁੰਦਾ, ਕਾਮੀ ਪੁਰਸ਼ ਨੂੰ ਕੰਮ ਨਾਲ ਪਿਆਰ ਹੁੰਦਾ, 24 ਘੰਟੇ ਉਹਦਾ ਧਿਆਨ ਜਿਹੜਾ ਹੈ ਉਸ ਪਾਸੇ ਰਹਿੰਦਾ। ਮਾਤਾ ਵੀ ਛੋਟਾ ਬੱਚਾ ਹੁੰਦਾ ਹੈ, ਉਹ ਆਪਣੇ ਘਰ ਦਾ ਕੰਮ ਕਰਦੀ ਹੈ, ਲੇਕਿਨ ਧਿਆਨ ਉਹਦਾ ਬੱਚੇ ਵੱਲ ਹੁੰਦਾ ਹੈ ਕਿ ਬੱਚਾ ਕਿਤੇ ਉੱਚੇ ਨਵੇਂ ਥਾਂ ਤੋਂ ਡਿੱਗ ਨਾ ਪਵੇ, ਕਿਤੇ ਅੱਗ 'ਚ ਹੱਥ ਨਾ ਪਾ ਦੇਵੇ। ਕੰਮ ਵੀ ਘਰ ਦਾ ਕਰਦੀ ਹੈ ਔਰ ਖਿਆਲ ਵੀ ਉਹਦਾ 24 ਘੰਟੇ ਉੱਧਰ ਰਹਿੰਦਾ। ਹਜ਼ੂਰ ਇੱਕ ਸਰਫਾਂ ਦੀ ਮਿਸਾਲ ਦਿੰਦੇ ਹੁੰਦੇ ਸੀ, ਬੜੇ ਬੜੇ ਸੱਪ ਜਿਹੜੇ ਹੁੰਦੇ ਹੈ ਉਸਦੇ ਪੁਰਾਣੇ, ਉਹਨਾਂ ਦੇ ਮੂੰਹ ਦੇ ਵਿੱਚ ਲਾਲ ਹੁੰਦਾ ਹੈ, ਮਨ ਹੁੰਦੀ ਹੈ। ਉਹ ਜਦੋਂ ਵੀ ਰਾਤ ਪੈਂਦੀ ਹੈ ਤਰੇਲ ਚੜ੍ਹਦੇ ਹੈ ਅਤੇ ਉਸ ਮਨ ਨੂੰ ਮੂੰਹ ਦੇ ਵਿੱਚੋਂ ਕੱਢ ਕੇ ਬਾਹਰ ਰੱਖ ਦਿੰਦੇ ਹੈ। ਪਰ ਉਹ ਕੰਮ ਆਪਣਾ ਕਰਦੇ ਹੈ, ਲੇਕਿਨ ਧਿਆਨ ਉਹਨਾਂ ਦਾ ਬਿਲਕੁਲ ਉੱਧਰ ਰਹਿੰਦਾ ਹੈ ਜਿਹੜੀ ਉਹ ਆਪਣੀ ਮਨ ਮੂੰਹ ਦੇ ਵਿੱਚੋਂ ਕੱਢ ਕੇ ਬਾਹਰ ਰੱਖਦੇ ਹੈ। ਖਿਆਲ ਉਹਦਾ ਉਸ ਪਾਸੇ 'ਤੇ ਹੁੰਦਾ ਹੈ, ਲੇਕਿਨ ਉਹ ਆਪਣਾ ਕੰਮ ਵੀ ਕਰਦਾ ਹੈ। ਇਸੇ ਤਰ੍ਹਾਂ ਸਾਡਾ ਵੀ ਖਿਆਲ ਚਾਹੀਦਾ ਸਤਿਗੁਰ ਦੀ ਤਰਫ, ਔਰ ਜੋ ਸਾਨੂੰ ਤਰੀਕਾ ਦੱਸਣ ਉਸ ਤਰੀਕੇ 'ਤੇ ਅਸੀਂ ਚੱਲਣ ਦੀ ਕੋਸ਼ਿਸ਼ ਕਰੀਏ, ਫਿਰ ਕੁਛ ਨਾ ਕੁਛ ਸਾਡਾ ਜ਼ਰੂਰ ਬਣ ਜਾਏਗਾ। ਹਾਂਜੀ, ਮਾਤਾ ਕੋ ਜੈਸੇ ਪੁੱਤਰ ਪਿਆਰਾ, ਔਰ ਕਾਮੀ ਕੋ ਕਾਮਨ ਜਾਨ।
मछली को जैसे नीर आधारा, चात्रिक को जैसे स्वांत समान। ये प्यार दस रहे है कि देखो तुसी बाहर दे प्यार जड़े है, मच्छी नू पानी दे नाल प्यार होंदा है, 24 घंटे पानी दे विच रहिंदी है, पानी विच खांदी पींदी है, पानी विच ही सारे कार विहार उसदे, वो पानी नू छड्डना नहीं चाहुंदी। कितना उसका प्यार है, और स्वांति बूंद वास्ते पपिया जड़ा है वो 24 घंटे ही रौला पाई रखता है, उस बूंद वास्ते टोए टिब्बिया का पानी नहीं पींदा, चाहे वह प्राण भी दे देता है लेकिन उस बूंद वास्ते 24 घंटे रौला पाई रखता है। हाँ जी, मछली को जैसे नीर आधारा, चात्रिक को जैसे स्वांत समान, ऐसा गुर प्यारा जब होगा तब कुछ आगे पंथ चलान। गुरु साहब जी बड़े प्यार दे नाल फरमा रहे हैं कि ऐसा प्यार साडा सतगुर दे नाल होवे, फिर असी उस पंथ दे आगू बन सकते हैं और ओरा रस्ते सानू हासिल हो सकते हैं, उहदे विचों सानू कोई ना कोई मिल सकता है। जैसा प्यार मच्छी का दसिया है, पपीए का दसिया है, होर भी दसिया है कि बाहर दे प्यार ने, इहदे तों भी साडा प्यार ज्यादा होना चाहिए। हाँ जी, ऐसा गुर प्यारा जब होगा तब कुछ आगे पंथ चलान। कहना था सो सब कह दीना, अब तू चाहे मान न मान। स्वामी जी महाराज बड़े प्यार दे नाल फरमा रहे है कि मैं जो कुछ कहना है सो मैं कह देता है, अगे तू तेरी मर्जी है मन या ना मन। एक शब्द विच स्वामी जी फरमाउंदे है, राधा स्वामी कह तो सुनाई, नहीं मनो तो भुगतो पाई। असी जे तुहानू सीधा रस्ता दस्या है और कह के सुना दिता है, अगर तुसी नहीं मनदे तो भुगतना तुसी, असी थोड़ा भुगतना। ऐ शब्द विच भी गुरु साहब जी बड़े प्यार नाल फरमा रहे हैं कि मैं जो कुछ कहना वो कह दिता है, मनना या ना मनना हुण तेरा काम है। हाँ जी, कहना था सो सब कह दीना, अब तू चाहे मान न मान। ये आरत गुरमुख की गाई, गुरमुख होए सो करे परमान। गुरु साहब जी बड़े प्यार दे नाल फरमा रहे हैं कि आरत सतगुर दी जाने गुरमुख दी है, ये काम जड़ा गुरमुख दा है, गुरमुख ये काम कर दे है कि सतगुर नाल प्यार करना, और उन्हां दा प्यार की है कि जो काम दसन सो करन। वो की दसदे है कि भाई चोरियां ठगियां फरेबकारियां छड़ दे ते नाम जप, नेक पाक काम कर। वो कोई अपना जाति काम नहीं कराउंदे, वो साडे काम साडे पासों ही कराउंदे है पर तरीके नाल कराउंदे। हाँ जी, ये आरत गुरमुख की गाई, गुरमुख होए सो करे परमान। राधा स्वामी भगत बताई,
गुर की भगत करो ये जान। स्वामी जी महाराज शब्द समाप्त करते हुए बड़े प्यार दे नाल फरमा रहे हैं, असी तुहानू भगती का तरीका दस दिता है कि भगती करनी किस तरह है। भगती सिर्फ ना नहीं, भगती दे कुछ तरीके है। किस तरह सानू प्यार दसिया है कि मछी का पानी नाल किस तरह प्यार है, पपीए का उस स्वांती बूंद दे नाल किस तरह प्यार है। सानू होर भी एक एक तुक दे विच समझाया है कि किस तरह प्यार हुंदा है। जे साडे विच वह गुर भगती है, इनू गुर भगती मुकम्मल, ये गुर भगती है, जदों ये साडी गुर भगती मुकम्मल हो जाएगी तो नाम भगती नाल ही हो जाएगी। जदों साडे अंदर प्यार आ जाएगा पूरा तो नाम किते नहीं जाता। पिछे दस्या शब्द खुले गुरमेर से, जदों सतगुर की मेहर होई फौरन शब्द खुल जाएगा। और खैचे सुरत गुरु बलवान महाराज तीसरी पातशाही ने जदों पूरी भगती की, गुर भगती सेवा की, सतगुर की प्यार किया, तो 12 साल उन्होंने पानी ढोया। 12 साल के बाद फौरन वो शब्द प्रगट नहीं हो गया। चौथी पातशाही ने 70 बार चौंतरे बनाए और 70 बार चौंतरे टाए। शेकड़ अपने आप नूं कह दिता कि शरीर मेरा नहीं, शरीर मेरे सतगुर दा, जिथे मर्जी लगाए मैं बै कर दिता है, बेच दिता है। उन्हां दी भगती मुकम्मल हो गई, होरन शब्द अंदर प्रगट हो गया। ये गुर भगती असी मुकम्मल करनी, जब गुर भगती मुकम्मल हो गई ना भगती ना लगी। हाँ जी, राधा स्वामी भगत बताई, गुर की भगत करो ये जान। हुण असी दुनिया वाल नज़र मारीए कि जिन्निया भी भगतियां हो रही ने, जो स्वामी जी महाराज दस्या है, क्या एक लफज भी बिच आउंदा है कितें? दुनिया च नज़र मारो की कुछ हो रहा हैगा, की कुछ दुनिया कर रही है, लेकिन भगती का सबूत है कोई कि भगती किस तरह करनी? स्वामी जी एक एक तुक दे विच समझाया हैगा। ये कितने नज़र आउंदा है, किसी मज़हब विच लभदा है, किसी थां ते लभदी है चीज़, जां कोई दसदा हैगा? जे किसे कीता ही नहीं उन्हें दसना की है? जिन्हां महापुरखां ने कीता है, दिन रात मेहनत की है, ओही दस सकदे है, होर नहीं कोई दस सकदा। हाँ जी, राधा स्वामी भगत बताई, गुर की भगत करो ये जान। Ugh.